ਪਹਿਲੇ ਪਾਤਸ਼ਾਹੀ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿਸ ਤਰ੍ਹਾਂ ਦਸਵੀਂ ਪਾਤਸ਼ਾਹੀ ਤੱਕ ਜੋ ਸਾਰੇ ਹੀ ਸ਼ਬਦਾਂ ਦੀ ਵੀਡੀਓ ਬਣੀ ਹੋਈ ਹੈ, ਕ੍ਰਮਵਾਰ ਗਿਣਤੀ ਦੱਸੀ ਗਈ ਸੀ। ਇਸੇ ਹੀ ਤਰ੍ਹਾਂ ਫਿਰ 11-12 ਵੀਡੀਓ ਵਿੱਚ ਆਪ ਜੀ ਨੂੰ ਦੱਸਿਆ ਸੀ ਕਿ ਆਪ ਜੀ ਦੇ ਸਨਮੁਖ 14 ਦੀ ਗਿਣਤੀ ਲੈ ਕੇ ਹਾਜ਼ਰ ਹੋਵਾਂਗਾ। ਸੋ ਆਓ ਸ਼ੁਰੂ ਕਰੀਏ 14 ਦੀ ਗਿਣਤੀ। 14 ਰਤਨ, ਪਹਿਲੇ ਨੰਬਰ 'ਤੇ ਲਛਮੀ, ਦੂਸਰੇ ਨੰਬਰ 'ਤੇ ਕੌਸ਼ਟਕ ਮਣੀ, ਤੀਸਰੇ ਨੰਬਰ 'ਤੇ ਰੰਭਾ, ਰੰਭਾ ਜਿਸ ਤਰ੍ਹਾਂ ਅਪਸਰਾ, ਚੌਥੇ ਨੰਬਰ 'ਤੇ ਵਾਰਣੀ ਜਿਸ ਨੂੰ ਸ਼ਰਾਬ ਵੀ ਕਹਿੰਦੇ ਹਨ, ਪੰਜਵੇਂ ਨੰਬਰ 'ਤੇ ਅੰਮ੍ਰਿਤ, ਛੇਵੇਂ ਨੰਬਰ 'ਤੇ ਸੰਖ, ਸੱਤਵੇਂ ਨੰਬਰ 'ਤੇ ਐਰਾਵਤ ਹਾਥੀ ਜਿਸ ਵਿੱਚ ਬਹੁਤ ਹੀ ਜ਼ਿਆਦਾ ਹਾਥੀਆਂ ਦੀ ਸ਼ਕਤੀ ਹੁੰਦੀ ਹੈ, ਅਤੇ ਅੱਠਵੇਂ ਨੰਬਰ 'ਤੇ ਵਹ, ਨੌਵੇਂ ਨੰਬਰ 'ਤੇ ਕਾਮਧੇਨ ਗਊ, ਦਸਵੇਂ ਨੰਬਰ 'ਤੇ ਚੰਦਰਮਾ, 11 ਨੰਬਰ 'ਤੇ ਕਲਪ ਬ੍ਰਿਸ਼, 12 ਨੰਬਰ 'ਤੇ ਸਾਰੰਗ ਜਿਸ ਨੂੰ ਧਨੁੱਖ ਵੀ ਕਹਿੰਦੇ ਹਨ, 13 ਨੰਬਰ 'ਤੇ ਧਨੰਤਰ ਵੈਦ ਜੋ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵੈਦ ਹੋਇਆ ਹੈ, ਜਿਸ ਨੂੰ ਜੜੀ ਬੂਟੀਆਂ ਆਪ ਖੁਦ ਬੋਲ ਕੇ ਦੱਸ ਦਿੰਦੀਆਂ ਹੁੰਦੀਆਂ ਸਨ ਕਿ ਅਸੀਂ ਇਸ ਮਰਜ਼ ਦੀ ਦਵਾਈ ਹਾਂ, ਇਸੇ ਹੀ ਤਰ੍ਹਾਂ। ਅਤੇ 14 ਨੰਬਰ 'ਤੇ ਉੱਚ ਸਰਵਾ ਘੋੜਾ, ਅਤੇ ਅੰਤਰੀਵ 14 ਰਤਨ, ਪਹਿਲੇ ਨੰਬਰ 'ਤੇ ਭਗਤੀ, ਦੂਸਰੇ ਨੰਬਰ 'ਤੇ ਆਤਮ ਵਿਚਾਰ, ਤੀਸਰੇ ਨੰਬਰ 'ਤੇ ਕੀਰਤੀ, ਚੌਥੇ ਨੰਬਰ 'ਤੇ ਪ੍ਰੇਮ, ਪੰਜਵੇਂ ਨੰਬਰ 'ਤੇ ਨਾਮ, ਛੇਵੇਂ ਨੰਬਰ 'ਤੇ ਰਾਗ, ਸੱਤਵੇਂ ਨੰਬਰ 'ਤੇ ਦ੍ਰਿੜ ਨਿਸ਼ਚੈ, ਅੱਠਵੇਂ ਨੰਬਰ 'ਤੇ ਸੰਤਾਂ ਦੀ ਨਿੰਦਿਆ, ਨੌਵੇਂ ਨੰਬਰ 'ਤੇ ਸ਼ਾਂਤੀ, ਦਸਵੇਂ ਨੰਬਰ 'ਤੇ ਦਾਨ, 11 ਨੰਬਰ 'ਤੇ ਸੱਤ ਸੰਗ, 12 ਨੰਬਰ 'ਤੇ ਸੱਚ ਬੋਲਣਾ, 13 ਨੰਬਰ 'ਤੇ ਸੱਤ ਗੁਰ ਗੁਰਦੇਵ, 14 ਨੰਬਰ 'ਤੇ ਗਿਆਨ, ਇਸੇ ਤਰ੍ਹਾਂ 14 ਗੁਣ ਸਰੋਤਾਂ ਦੇ, ਸ਼ਰਧਾਵਾਨ, ਨਿਮਰਤਾ ਵਾਲਾ, ਪ੍ਰੇਮੀ, ਉਧਾਰ ਚਿੱਤ, ਅਰਥ ਸਮਝ ਦੀ ਬੁੱਧੀ ਰੱਖਣ ਵਾਲਾ, ਆਲਸ ਰਹਿਤ, ਪ੍ਰਸੰਨ ਕਰਨ ਦੇ ਢੰਗ ਦਾ ਜਾਣੂ ਹੋਵੇ, ਮਿੱਠੀ ਬਾਣੀ ਵਾਲਾ, ਇੰਦਰੀ ਜਿੱਤ ਹੋਵੇ, ਪ੍ਰਸੰਗ ਦੇ ਸਿਧਾਂਤ ਨੂੰ ਜਾਣਨ ਵਾਲਾ ਹੋਵੇ, ਉਹ ਟਿਲਤਾ ਤੋਂ ਰਹਿਤ ਸੇਵਾ ਕਰਨ ਦਾ ਪ੍ਰੇਮੀ ਹੋਵੇ, ਪਖੰਡ ਅਤੇ ਆਪਣੇ ਜਸ ਦਾ ਤਿਆਗੀ ਹੋਵੇ, ਜੋ ਕੰਨਾਂ ਵਿੱਚ ਸੁਣਿਆ ਅਤੇ ਉਸ 'ਤੇ ਅਮਲ ਕਰਨ ਵਾਲਾ ਹੋਵੇ। 14 ਨੰਬਰ ਵਿੱਦਿਆ, 14 ਵਿੱਦਿਆ, 4 ਵੇਦ, 6 ਵੇਦਾਂ ਦੇ ਅੰਗ, 11 ਨੇ ਮਾਸਾ, 12 ਨਿਆਏ, 13 ਧਰਮ ਸ਼ਾਸਤਰ, 14 ਪੁਰਾਣ ਤਥਾ, ਸ਼੍ਰੀ ਅੱਖਰ ਜਲ ਰਤਨ ਚਿਕਿਤਸਾ ਔਰ ਰਸਾਇਣ, ਜੋਤਕ ਜੋਤ ਪ੍ਰਵੀਨ ਰਾਗ ਖਟ ਰਾਗਨ ਗਾਇਣ, ਕਲੋਲਤਾ ਵਿਆਕਰਣ ਔਰ ਬਾ ਜੰਤਰ ਵਜਾਇਣ, ਤੁਰਹਿ ਤੋਰ ਨਟ ਨਿਟ ਔਰ ਸਰ ਤਨਖ ਚਲਾਇਣ, ਗਿਆਨ ਕਰਨ ਔ ਚਾਤੁਰੀ ਏਤ ਨਾਮ, ਵਿਦਿਆ ਵਰੇ ਇਹ ਚਤੁਰਦਸ ਜਗਤ ਮੈਂ, ਚਤੁਰ ਸਮਝ ਮਨ ਮੈਂ ਧਰੇ। 14 ਇੰਦਰੀਏ ਗਿਆਨ ਇੰਦਰੀਏ, ਸਰੇਤਰ, ਤੁਚਾ, ਨੇਤਰ, ਜਿਹਬਾ, ਨਾਸਾਂ ਜਿਹਨੂੰ ਨੱਕ ਕਹਿੰਦੇ ਹਨ, ਵਾਕ, ਹੱਥ ਪੈਰ, ਉਪਰਸਤ ਇੰਦਰੀਆਂ, ਗੁਦਾ, ਤਰ੍ਹਾਂ 14 ਵਿਸ਼ੇ ਸ਼ਬਦ, ਸਪਰਸ਼ ਰੂਪ, ਰਸ, ਗੰਧ, ਬਚਨ, ਲੈਣਾ ਦੇਣਾ, ਗਮਨ, ਰਤੀ, ਭੋਗ, ਮਲ, ਤਿਆਗ, 14 ਦੇਵਤੇ, ਦਿਸ਼ਾ, ਵਾਯੂ, ਸੂਰਜ, ਵਰਨ, ਅਸ਼ਨੀ ਕੁਮਾਰ, ਅਗਨੀ, ਇੰਦਰ, ਬਾਹਮਣ ਜੀ, ਬਾਹਮਣ ਅਵਤਾਰ, ਪ੍ਰਜਾਪਤੀ, ਯਮ, 5 ਕਰਮ ਇੰਦਰੀਏ ਇਹਨਾਂ ਦੇ ਵਿੱਚ ਹੀ ਹਨ। ਚਤੁਰਸਟੇ ਅੰਤਰ ਕਰਨ, ਮਨ, ਬੁੱਧ, ਚਿੱਤ, ਹੰਕਾਰ, ਸੰਕਲਪ, ਵਿਕਲਪ, ਨਿਸ਼ਚੈ, ਚਿੰਤਨ, ਅਹਪੁਨਾ, ਚੰਦਰਮਾ, ਬ੍ਰਹਮਾ, ਵਾਸਦੇਵ, ਰੁਦਰ, ਇਸੇ ਹੀ ਤਰ੍ਹਾਂ ਇਹਨਾਂ ਦੇ ਵਿੱਚ ਫਿਰ ਅੱਗੇ ਚੱਲਦੇ ਹੋਏ 14 ਲੋਕ,
ਭੂਤ ਭਵਰ ਸਵਰ ਮਹਿਰ ਜਨ ਤਪ ਸਤ ਇਹ ਸਤ ਉੱਪਰਲੇ ਲੋਕ ਹਨ ਅਤਲ ਸੁਤਲ ਪਤਾਲ ਵਿਤਲ ਰਸਾਤਲ ਤਲਾਤਲ ਮਹਾਤਲ ਇਹ ਸੱਤ ਹੇਠਲੇ ਲੋਕ ਹਨ ਇਹ ਵੀ 14 ਲੋਕ ਹਨ ਸਤਲੋਕ ਬੈਕੁੰਠ ਲੋਕ ਸ਼ਿਵ ਲੋਕ ਸੂਰਜ ਲੋਕ ਦੇਵਲੋਕ ਪਿੱਤਰ ਲੋਕ ਸਿੱਧ ਲੋਕ ਮਾਇਆ ਲੋਕ ਜਮ ਲੋਕ ਗੰਧਰਵ ਲੋਕ ਯੱਖ ਲੋਕ ਕਿੰਨਰ ਲੋਕ ਨਾਗ ਲੋਕ ਦੈਂਤ ਲੋਕ ਇਹ ਗੁਰੂ ਪਿਆਰਿਓ ਸਾਰੇ ਹੀ ਜੋ ਮੈਂ ਤੁਹਾਨੂੰ 14 ਲੋਕ ਦੱਸੇ ਹਨ ਜਿਸ ਤਰ੍ਹਾਂ ਭੂਤ ਭਵਰ ਸਵਰ ਮਹਿਰ ਜਨ ਤਪ ਸਤ ਇਹ ਅਗਰ ਆਪਾਂ 9 ਇੰਦਰੀਏ ਜੋ ਗਿਆਨ ਇੰਦਰੀਏ 9 ਇੰਦਰੀਏ ਸੁਣ ਕਰਕੇ 10ਵੇਂ ਦੁਆਰ ਜਦੋਂ ਸਾਡੀ ਰੂਹ ਭਗਤੀ ਹੱਠ ਦੇ ਨਾਲ ਪਹੁੰਚ ਜਾਂਦੀ ਹੈ ਉਸ ਉਦੋਂ ਇਹਨਾਂ ਸਾਰੇ ਹੀ ਜੋ ਸੱਤ ਲੋਕ ਹਨ ਭਵਰ ਜਿਸ ਤਰ੍ਹਾਂ ਅਤਲ ਸਤਲ ਪਤਾਲ ਵਿਤਲ ਇਹਨਾਂ ਸਾਰਿਆਂ ਦੇ ਹੀ ਸਾਨੂੰ ਦਰਸ਼ਨ ਜੋ ਮਾਰਗ ਦਰਸ਼ਨ ਹੋ ਜਾਂਦੇ ਹਨ ਭਗਤੀ ਦ੍ਰਿੜ ਨਿਸ਼ਚੇ ਦੇ ਨਾਲ ਅਸੀਂ ਇਹਨਾਂ ਨੂੰ ਆਪਣੇ ਅੰਦਰ ਹੀ 10ਵੇਂ ਦੁਆਰ ਜਾ ਕੇ ਸਾਰੇ ਜੋ ਲੋਕ ਪ੍ਰਲੋਕ ਹਨ ਇਹਨਾਂ ਨੂੰ ਅਸੀਂ ਘੁੰਮ ਸਕਦੇ ਹਾਂ ਅਤੇ ਇਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਜਿਸ ਤਰ੍ਹਾਂ ਸੱਤ ਲੋਕ ਹੈ ਬੈਕੁੰਠ ਲੋਕ ਹੈ ਸ਼ਿਵ ਲੋਕ ਇਹ ਸਾਰੇ ਹੀ ਅਸੀਂ ਅੰਦਰੇ ਹੀ ਪ੍ਰਾਪਤ ਕਰ ਸਕਦੇ ਹਾਂ ਇਸੇ ਹੀ ਤਰ੍ਹਾਂ ਅੱਗੇ ਚੱਲਦੇ ਹੋਏ 15 ਦੀ ਗਿਣਤੀ ਜੋ 15 ਤਿੱਤਾਂ ਏਕਮ ਦੂਜ ਤੀਜ ਚੌਥ ਪੰਚਮੀ ਖੱਟਵੀਂ ਸਪਤਮੀ ਅਸ਼ਟਮੀ ਨੌਵੀਂ ਦਸਵੀਂ ਇਕਾਦਸ਼ੀ ਦੁਆਦਸ਼ੀ ਤ੍ਰੌਦਸ਼ੀ ਚੌਦਸ ਅਮਾਵਸ ਇਸੇ ਹੀ ਤਰ੍ਹਾਂ ਅੱਗੇ 16 ਦੀ ਗਿਣਤੀ ਸ਼ੁਰੂ ਹੁੰਦੀ ਹੈ ਜਿਵੇਂ ਕਿ 16 ਕਲਾਂ ਪ੍ਰਭੂ ਦੀਆਂ ਪ੍ਰਿਥਵੀ ਜਲ ਅਗਨੀ ਵਾਯੂ ਆਕਾਸ਼ ਪ੍ਰਾਣ ਇੰਦਰਜ ਨਾਮ ਕਰਮ ਸ਼ਰਧਾ ਲੋਕ ਤਪ ਮੰਤਰ ਮਨ ਵੀਰਜ ਅਤੇ ਸਰੀਰ ਇਸੇ ਹੀ ਤਰ੍ਹਾਂ 16 ਕਲਾਂ ਚੰਦਰਮਾ ਦੀਆਂ ਪੂਰਨਵੀ ਭਦਰਾ ਅਤੇ ਹਾਤ ਸੁਨੇਰਵੀ ਕਮੋਦਨੀ ਅਸੁਦਨੀ ਮੋਹਨੀ ਕਿਰਤੁਦਨੀ ਚਿੰਤਾ ਕਾਮਨੀ ਲਕਸ਼ਮੀ ਵਯਾਪਨੀ ਪਦਲੀਨੀ ਮਤਨੀ ਬਕਾਸੀ ਉਹ ਦਾਕੀ 16 ਸ਼ਿੰਗਾਰ ਇਸਤਰੀਆਂ ਦੇ ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਪੁਸ਼ਟ ਦੁਏ ਕਠਨ ਹੈ ਇਹ 16 ਸ਼ਿੰਗਾਰ ਤ੍ਰੈ ਕਾਲੇ ਪਹਿਲੇ ਨੰਬਰ 'ਤੇ ਸਿਰ ਦੇ ਕੇਸ ਦੂਸਰੇ ਨੰਬਰ 'ਤੇ ਅੱਖਾਂ ਦੀਆਂ ਧੀਰੀਆਂ ਤੀਸਰੇ ਨੰਬਰ 'ਤੇ ਅਸਥਨਾ ਦੁੱਧੀਆਂ ਦੀਆਂ ਨੋਕਾਂ ਦੋ ਉਜਲੇ ਦੰਦਾਂ ਦੇ ਨਹੁੰ ਪਤਲੇ ਪੰਜ ਪ੍ਰਕਾਰ ਹੋਠ ਨੱਕ ਗਿੱਚੀ ਲੱਕ ਉਂਗਲੀਆਂ ਚਾਰ ਪੁਸ਼ਟ ਦੋ ਬਾਹਾਂ ਦੇ ਡੌਲੇ ਅਤੇ ਦੋਵੇਂ ਪੱਟ ਦੋਵੇਂ ਕਠਨ ਹੈ ਦੋਵੇਂ ਅਸਥਾਨ ਕਰੜੇ ਹੋਣੇ ਇਹ 16 ਸ਼ਿੰਗਾਰ ਬਾਹਰ ਦੇ ਹਨ 16 ਸ਼ਿੰਗਾਰ ਅੰਤਰੀਵ ਤ੍ਰੈ ਕਾਲੇ ਭੂਤ ਵਰਤਮਾਨ ਅਤੇ ਭਵਿੱਖ ਇਹਨਾਂ ਤਿੰਨਾਂ ਕਾਲਾਂ ਵਿਖੇ ਪਰਮੇਸ਼ਰ ਦਾ ਭਜਨ ਕਰਨਾ ਅਥਵਾ ਰਜੋ ਸਤੋ ਤਮੋ ਰੂਪ ਤਿੰਨਾਂ ਗੁਣਾਂ ਦਾ ਕਾਲੇ ਅਭਾਵ ਕਰਨਾ ਦੋ ਉਜਲੇ ਦੋਹਾਂ ਲੋਕਾਂ ਵਿਖੇ ਜਸ ਹੋ ਜਾਣਾ ਅਥਵਾ ਦੋ ਮਨ ਤੇ ਬੁੱਧੀ ਦਾ ਉਜਲ ਹੋਣਾ ਪਤ ਲੇ ਪੰਜ ਪ੍ਰਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜ ਨੂੰ ਪਤਲਿਆਂ ਦਾ ਪਾ ਦੇਣਾ ਭਾਵ ਵਿਸ਼ਿਆਂ ਤੋਂ ਰਹਿਤ ਕਰਨਾ ਹੈ ਚਾਰ ਪੁਸ਼ਟ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਰੂਪ ਚਾਰੇ ਸਾਧਨਾਂ ਨੂੰ ਪੁਸ਼ਟ ਕਰਨਾ ਦੋਵੇਂ ਕਠਨ ਹੈ ਜੀਵ ਤੇ ਈਸ਼ਵਰ ਦੀ ਏਕਤਾ ਰੂਪ ਦੇ ਕਠਨ ਸਾਧਨਾਂ ਨੂੰ ਪੂਰਾ ਕਰਨਾ ਇਹ 16 ਸ਼ਿੰਗਾਰ ਇਹ ਅੰਤਰੀਵ 16 ਸ਼ਿੰਗਾਰ ਹਨ ਭਗਤ ਬਾਣੀ ਸਟੀਕ ਭਾਗ ਦੂਜਾ ਪੰਨਾ 457 ਤੇ ਤੁਸੀਂ ਪੜ੍ਹ ਸਕਦੇ ਹੋ ਇਸੇ ਹੀ ਤਰ੍ਹਾਂ ਆਪ ਜੀ ਨੂੰ 18ਵਾਂ ਅਧਿਆਇ ਲੈ ਕੇ ਫਿਰ ਆਪ ਜੀ ਦੇ ਮੋਖ ਦਰਸ਼ਨ ਹੋਣ ਦੇ ਜੋ
ਕੋਸ਼ਿਸ਼ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੁਝ ਕੁ ਅੱਖਰ ਅਰਬੀ ਭਾਸ਼ਾ, ਸੰਸਕ੍ਰਿਤ, ਠੇਠ ਪੰਜਾਬੀ ਅਰਬੀ ਦੇ ਹਨ। ਆਪ ਜੀ ਇਸ ਨੂੰ ਸਮਝ ਸੋਚ ਲੈਣਾ, ਸੋਚ ਕੇ ਪੜ੍ਹਨਾ, ਵਿਚਾਰ ਕੇ ਤੁਸੀਂ ਇਸ ਨੂੰ ਸਮਝ ਲੈਣਾ ਜੀ। ਗੁਰੂ ਪਿਆਰਿਓ, ਇਸ ਤਰ੍ਹਾਂ ਦੀਆਂ ਜੋ ਵੀਡੀਓ ਹਨ, ਜੋ ਇਹ ਤੁਹਾਨੂੰ ਪੂਰੇ ਅੱਖਰਾਂ ਦੇ ਵਰਤਾਂਤ ਦੱਸੇ ਹਨ, ਤੁਹਾਨੂੰ ਇਹ ਪੂਰੇ ਦੇ ਪੂਰੇ ਯੂਟਿਊਬ, ਫੇਸਬੁੱਕ, ਨਾ ਹੀ ਇੰਸਟਾਗ੍ਰਾਮ ਅੱਜ ਤੱਕ ਨਾ ਕਿਸੇ ਨੇ ਪਾਏ ਹਨ, ਬਿਲਕੁਲ ਨਹੀਂ ਤੁਹਾਨੂੰ ਸਰਚ ਕਰਨ 'ਤੇ ਵੀ ਲੱਭਣਗੇ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਅਤੇ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਉਹ ਇਹਨਾਂ ਚੀਜ਼ਾਂ ਨੂੰ ਵੀ ਸਮਝ ਸਕਣ, ਕਿਉਂਕਿ ਪੂਰੇ ਦੇ ਪੂਰੇ ਯੂਟਿਊਬ ਨੂੰ ਤੁਸੀਂ ਸਰਚ ਕਰਕੇ ਵੇਖ ਲਇਓ, ਇਸ ਤਰ੍ਹਾਂ ਦੇ ਸ਼ਬਦ ਕਦੀ ਕਿਸੇ ਨੇ ਨਹੀਂ ਪਾਏ, ਨਾ ਕਿਸੇ ਕਦੀ ਪ੍ਰਚਾਰਕ ਨੇ, ਨਾ ਕਿਸੇ ਢਾਡੀ ਨੇ, ਨਾ ਕਿਸੇ ਕੋਈ ਹੋਰ ਧਰਮ ਵੱਲੋਂ ਪਾਏ ਗਏ ਹਨ। ਇਹ ਸਿਰਫ ਮਾਈ ਚੈਨਲ ਨੇਮ ਇਜ਼ ਵਰਲਡ ਓਪਨ, ਦਾ ਵਰਲਡ ਨੌਲੇਜ ਟ੍ਰੀਜ਼, ਦਾ ਲਾਈਫ, ਇਸ ਦੇ ਵਿੱਚ ਹੀ ਹਨ। ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨਾ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।